ਹੈਲੋ ਸਟੂਡੈਂਟਸ, ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਸੋ ਅੱਜ ਮੈਂ ਤੁਹਾਡੇ ਲਈ ਰਾਈਟਿੰਗ ਦੀ ਕਲਾਸ ਲੈ ਕੇ ਆਈ ਹਾਂ, ਰਾਈਟਿੰਗ ਟਾਸਕ 2 ਜਾਂ ਟਾਸਕ 1। ਸੋ ਯੂਜ਼ਫੁਲ ਤੁਹਾਨੂੰ ਸੈਂਟੈਂਸਿਸ ਦੱਸੂੰਗੀ ਕਿ ਕਿੱਦਾਂ ਤੁਸੀਂ ਆਪਣੀ ਟਾਸਕ ਦੀ ਸਟਾਰਟਿੰਗ ਕਰ ਸਕਦੇ ਹੋ, ਕਿਹੜੇ ਲਾਈਕ ਜੇ ਤੁਹਾਨੂੰ ਡਿਸਕਸ਼ਨ ਬੋਥ ਵਿਊਜ਼ ਆ ਗਿਆ ਤਾਂ ਤੁਸੀਂ ਉਹਦੀ ਸਟਾਰਟਿੰਗ ਕਿੱਦਾਂ ਕਰ ਸਕਦੇ ਹੋ, ਠੀਕ ਹੈ। ਹੋਰ ਵੀ ਕਾਫੀ ਸਾਰੇ ਗ੍ਰੈਮਰ ਦੇ ਰੂਲਸ ਐਂਡ ਪਲੱਸ ਵੋਕੈਬ ਵਰਡਸ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਵਾਉਂਗੀ ਤਾਂ ਕਿ ਤੁਸੀਂ ਆਪਣੇ ਐਗਜ਼ਾਮ ਟਾਈਮ, ਤੁਹਾਨੂੰ ਇਹ ਨਾ ਹੋਵੇ ਕਿ ਮੈਂ ਇਹ ਕੰਮ ਪਹਿਲਾਂ ਕੀਤਾ ਹੁੰਦਾ ਜਾਂ ਮੈਂ ਇਹ ਵੀਡੀਓ ਪਹਿਲਾਂ ਦੇਖੀ ਹੁੰਦੀ। ਸੋ ਇਹਨੂੰ ਜ਼ਰੂਰ ਦੇਖਿਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਬਹੁਤ ਹੀ ਯੂਜ਼ਫੁਲ ਹੈ ਤੁਹਾਡੇ ਲਈ, ਵਰਥ ਇਟ ਹੋਏਗੀ ਇਹ ਕਲਾਸ। ਸਟਾਰਟ ਕਰਦੇ ਹਾਂ ਜੀ। ਦੇਖੋ, ਸਭ ਤੋਂ ਪਹਿਲਾਂ ਓਇੰਗ ਟੂ ਇਨੋਵੇਸ਼ਨ, ਦੇਖੋ ਓਇੰਗ ਕੀ ਆ, ਵਰਬ ਦੇ ਨਾਲ ਆਈ ਐਨ ਜੀ ਲੱਗ ਗਿਆ, ਜੈਰਨ ਤੋਂ ਸਟਾਰਟਿੰਗ ਹੋ ਗਈ। ਜੇ ਤੁਹਾਨੂੰ ਕੋਈ ਵੀ ਟਾਸਕ ਹੈ ਜਿਹੜਾ ਟੈਕਨੋਲੋਜੀ ਤੇ ਆ ਗਿਆ ਤਾਂ ਤੁਸੀਂ ਇਹ ਵਾਲੀ ਸਟਾਰਟਿੰਗ ਲਾਈਨ ਟਾਸਕ 2 ਤੇ ਲਗਾ ਸਕਦੇ ਹੋ। ਓਇੰਗ ਟੂ ਇਨੋਵੇਸ਼ਨ ਇਨ ਟੈਕਨੋਲੋਜੀ ਦ ਵੇ ਆਫ ਵਰਕਿੰਗ ਇਜ਼ ਟੋਟਲੀ ਫੈਸਿਲੀਟੇਟ। ਹੁਣ ਕਈ ਬੱਚਿਆਂ ਨੂੰ ਫੈਸਿਲੀਟੇਟ ਦਾ ਮਤਲਬ ਹੀ ਨਹੀਂ ਪਤਾ, ਇਹਦਾ ਮਤਲਬ ਇਹ ਆ ਕਿ ਤੁਹਾਡੀ ਜਿਹੜੀ ਲਾਈਫ ਆ ਉਹ ਬਹੁਤ ਹੀ ਜ਼ਿਆਦਾ ਈਜ਼ੀ ਹੋ ਚੁੱਕੀ ਹੈ। ਕਿਸ ਦੇ ਕਾਰਨ? ਟੈਕਨੋਲੋਜੀ ਦੇ ਕਾਰਨ। ਤਾਂ ਜੇ ਟੈਕਨੋਲੋਜੀ ਤੇ ਟਾਸਕ ਆਉਂਦਾ ਹੈ, ਕੋਈ ਕ੍ਰੈਮਡ ਲਾਈਨਸ ਨਹੀਂ ਹੈ, ਖੁਦ ਦੀਆਂ ਬਣਾਈਆਂ ਹੋਈਆਂ ਲਾਈਨਸ ਨੇ, ਤਾਂ ਤੁਸੀਂ ਇਹਨੂੰ ਐਡ ਕਰ ਸਕਦੇ ਹੋ। ਸੈਕਿੰਡ ਹੈ ਜੀ ਡਿਸਕਸ ਬੋਥ ਵਿਊਜ਼ ਐਸੇ। ਹੁਣ ਡਿਸਕਸ ਬੋਥ ਵਿਊਜ਼ ਐਸੇ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਇਸ ਆਰਗੂਮੈਂਟ ਹੁੰਦਾ ਹੈ, ਇੱਕ ਸਾਈਡ ਦਾ ਵਿਊ ਕੁਛ ਹੋਰ ਹੁੰਦਾ, ਦੂਸਰੀ ਸਾਈਡ ਦਾ ਵਿਊ ਪੁਆਇੰਟ ਕੁਛ ਹੋਰ ਹੁੰਦਾ। ਬਹਿਸ ਜਿਹਨੂੰ ਆਪਾਂ ਕਹਿ ਦਈਏ, ਡਿਬੇਟ, ਠੀਕ ਹੈ, ਯੂਜ਼, ਹਨਾ, ਇਟ ਇਜ਼ ਅ ਡਿਬੇਟੇਬਲ ਟਾਪਿਕ, ਤੁਸੀਂ ਕੀ ਲਿਖ ਸਕਦੇ ਹੋ, ਐਗਜ਼ਾਮਪਲ, ਇਟ ਇਜ਼ ਅ ਡਿਬੇਟੇਬਲ ਟਾਪਿਕ ਅਮੰਗ ਮਲਟੀਟਿਊਡਸ। ਮਲਟੀਟਿਊਡਸ ਕੌਣ ਨੇ? ਇੰਡੀਵਿਜੁਅਲ ਪੀਪਲ, ਕਹਿੰਦੇ ਪ੍ਰੋਪੋਨੈਂਟਸ, ਠੀਕ ਹੈ, ਕੌਣ ਹੁੰਦੇ ਨੇ ਜਿਨ੍ਹਾਂ ਨਾਲ ਆਰਗੂਮੈਂਟ ਸਟਾਰਟ ਹੋਇਆ ਹੋਵੇ। ਬਿਲੀਵ ਦੈਟ ਗੈਟਿੰਗ ਨਿਊਜ਼ ਫਰੋਮ ਨਿਊਜ਼ ਪੇਪਰ ਇਜ਼ ਬੈਟਰ, ਵਾਈਲ ਓਪੋਨੈਂਟਸ, ਓਪੋਨੈਂਟਸ ਦੂਸਰੇ ਵਿਰੋਧੀ, ਕਹਿੰਦੇ ਦੋਜ਼ ਹੂ ਡੂ ਆਰਗੂਮੈਂਟ ਵਿਦ ਪ੍ਰੋਪੋਨੈਂਟਸ, ਜੋ ਉਹਨਾਂ ਨਾਲ ਆਰਗੂਮੈਂਟ ਕਰ ਰਹੇ ਨੇ, ਕਲੇਮ ਦੈਟ ਮੀਡੀਆ ਇਜ਼ ਐਪਰੋਪ੍ਰੀਏਟ, ਠੀਕ ਹੈ। ਦੋ ਆਰਗੂਮੈਂਟ ਹੋਏ ਨੇ, ਸੋ ਤੁਸੀਂ ਇਹ ਵਾਲੀ ਸਟਰਕਚਰ ਇੱਥੇ ਲਗਾ ਸਕਦੇ ਹੋ ਵੀ ਡਿਬੇਟੇਬਲ ਟੋਪਿਕ ਆ, ਠੀਕ ਹੈ। ਈਵਨ ਤੁਸੀਂ ਵੈਦਰ ਤੇ ਔਰ ਦਾ ਯੂਜ਼ ਵੀ ਕਰ ਸਕਦੇ ਹੋ। ਥਰਡ ਹੈ ਜੀ ਅਲੋਟ ਆਫ। ਅ ਲੋਟ ਆਫ ਬੱਚੇ ਬਹੁਤ ਜ਼ਿਆਦਾ ਯੂਜ਼ ਕਰਦੇ ਆ, ਰੋਂਗ ਨਹੀਂ ਆ, ਬਟ ਉਹਦੇ ਲਈ ਹੋਰ ਵਧੀਆ ਵਰਡ ਯੂਜ਼ ਕਰ ਸਕਦੇ ਹੋ, ਮਲਟੀਫੇਰੀਅਸ, ਅਮਟੀਨ, ਅਬੰਡੈਂਟ, ਸੈਵਰਲ, ਠੀਕ ਹੈ, ਐਂਪਲ ਆਫ ਜਾਂ ਫਿਰ ਵੇਰੀਅਸ, ਠੀਕ ਹੈ। ਇਸੇ ਤਰ੍ਹਾਂ ਹੁਣ ਲੈਗਿਟੀਮੇਟ ਦਾ ਮੀਨਿੰਗ ਹੀ ਨਹੀਂ ਪਤਾ, ਜਿਵੇਂ ਤੁਸੀਂ ਕਹਿੰਦੇ ਨਾ ਇਟ ਇਜ਼ ਟਰੂ ਦੈਟ, ਹਨਾ, ਇਟ ਇਜ਼ ਅਨਡਾਊਟਡਲੀ ਟਰੂ ਦੈਟ, ਸੋ ਉਹਦੀ ਜਗ੍ਹਾ ਤੇ ਵੈਨ ਵਾਂਟ ਟੂ ਸੇ ਸਮਥਿੰਗ ਟਰੂ, ਐਗਜ਼ਾਮਪਲ, ਇਟ ਇਜ਼ ਲੈਗਿਟੀਮੇਟ ਦੈਟ ਪੀਪਲ ਕੈਨ ਡੂ ਦੇਅਰ ਵਰਕ ਵਾਈਲ ਸਿਟਿੰਗ ਐਟ ਓਨਲੀ ਵਨ ਪਲੇਸ ਵਿਦ ਦ ਏਡ ਆਫ ਇੰਟਰਨੈਟ, ਠੀਕ ਹੈ। ਸੋ ਤੁਸੀਂ ਇਟ ਇਜ਼ ਟਰੂ ਦੈਟ ਦੀ ਜਗ੍ਹਾ ਵਰਡ ਯੂਜ਼ ਕਰ ਸਕਦੇ ਹੋ ਲੈਗਿਟੀਮੇਟ। ਯੂਜ਼ਫੁਲ ਵਰਡਸ ਨੇ, ਠੀਕ ਹੈ, ਇਹਨਾਂ ਨੂੰ ਟਰਾਈ ਕਰੋ, ਆਪਣੀ ਰਾਈਟਿੰਗ ਚ ਐਡ ਅਪ ਕਰੋ, ਰਿਗਾਰਡਲੈਸ ਆਫ, ਠੀਕ ਹੈ। ਇਹਦਾ ਮਤਲਬ ਕੀ ਹੁੰਦਾ? ਇਟ ਡਜ਼ਨਟ ਮੈਟਰ, ਹਨਾ, ਵੀ ਇਸਦੇ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ, ਸਟਰਕਚਰ ਹੈ ਇੱਕ, ਕਹਿੰਦੇ ਪੀਪਲ ਕੈਨ ਗੈਟ ਨਿਊਜ਼ ਰਿਗਾਰਡਲੈਸ ਆਫ ਦਾ ਟਾਈਮ ਐਂਡ ਡਾਇਰੈਕਸ਼ਨ ਥਰੂ ਡਿਜੀਟਲ ਪਲੈਟਫਾਰਮਸ। ਸੋ ਇਸ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਰਿਗਾਰਡਲੈਸ ਆਫ ਦਾ ਯੂਜ਼ ਕਰਿਆ ਕਰੋ ਰਾਈਟਿੰਗ ਦੇ ਵਿੱਚ, ਜਿੱਥੇ ਵੀ ਤੁਹਾਡੇ ਤੋਂ ਯੂਜ਼ ਹੁੰਦਾ। ਇਸੇ ਤਰ੍ਹਾਂ ਇਨ ਦਾ ਕੇਸ ਆਫ, ਠੀਕ ਹੈ, ਇਨ ਦਾ ਟਰਮਸ ਆਫ, ਐਜ ਰਿਗਾਰਡਸ ਟੂ, ਵੈਨ ਇਟ ਕਮਸ ਟੂ। ਸੋ ਇਹ ਨਹੀਂ ਹੁੰਦਾ ਕਿ ਸਾਰੇ ਕਿਤੇ ਤੁਸੀਂ ਇਹੀ ਲਿਖਣਾ, ਇਨ ਦਾ ਟਰਮਸ ਆਫ, ਇਨ ਦਾ ਕੇਸ ਆਫ, ਵੈਨ ਇਟ ਕਮਸ ਟੂ, ਨਾਲੇ ਤਾਂ ਸਟਰਕਚਰ ਯੂਜ਼ ਹੋ, ਨਾਲੇ ਇੰਪ੍ਰੈਸਿਵ ਬਣੋ। ਜੇ ਫੋਰ ਐਗਜ਼ਾਮਪਲ ਕਹਿੰਦੇ ਦ ਪਰਸੈਂਟੇਜ ਇਜ 24% ਇਨ ਟਰਮਸ ਆਫ ਵਿਮੈਨ, ਠੀਕ ਹੈ, ਇੱਦਾਂ ਲਿਖ ਸਕਦੇ ਹੋ, ਜਾਂ ਫਿਰ ਤੁਸੀਂ ਲਿਖ ਸਕਦੇ ਹੋ ਵੈਨ ਇਟ ਕਮਸ ਟੂ ਵਿਮੈਨ,
ਠੀਕ ਹੈ, ਦਾ ਪਰਸੈਂਟੇਜ ਇਜ 24%। ਜ਼ਰੂਰੀ ਟਾਸਕ 1 ਚ ਜਾਂ ਟਾਸਕ 2 ਚ, ਟਾਸਕ 2 ਚ ਵੀ ਕਹਿ ਸਕਦੇ ਵੈਨ ਇਟ ਕਮਸ ਟੂ ਦਾ ਸੋਲਿਊਸ਼ਨਸ, ਹਨਾ, ਵੈਨ ਇਟ ਕਮਸ ਟੂ ਦਾ ਰੀਜ਼ਨਸ, ਜੇ ਤੁਸੀਂ ਸੋਲਿਊਸ਼ਨ ਦੱਸਣਾ ਜਾਂ ਰੀਜ਼ਨ, ਉੱਥੋਂ ਵੀ ਬੀਪੀ ਦੀ ਸਟਾਰਟਿੰਗ ਹੋ ਸਕਦੀ ਹੈ। ਨੈਕਸਟ ਹੈ ਆਲਵੇਜ਼ ਯੂਜ਼ ਟੂ ਕਨਕਲੂਡ ਐਂਡ ਇਨ ਕਨਕਲੂਜਨ ਇਨ ਟਾਸਕ 2। ਇਸ ਤੋਂ ਬਿਨਾਂ ਹੋਰ ਕੋਈ ਵਰਡਸ ਨਾ ਯੂਜ਼ ਕਰੋ, ਹੈਵੀ ਵਰਡਸ ਨਾ ਲਗਾਓ, ਇਹਨਾਂ ਨਟਸ਼ੈਲ ਨਾ ਲਗਾਓ, ਸਿਰਫ ਇਹੀ ਮੇਨ ਦੋ ਵਰਡ ਨੇ, ਜਾਂ ਤਾਂ ਟੂ ਕਨਕਲੂਡ ਯੂਜ਼ ਕਰੋ ਜਾਂ ਫਿਰ ਇਨ ਕਨਕਲੂਜਨ ਦਾ ਯੂਜ਼ ਕਰੋ ਜਦੋਂ ਤੁਸੀਂ ਐਂਡਿੰਗ ਦੇਣੀ ਆ। ਠੀਕ ਹੈ, ਇਸੇ ਤਰ੍ਹਾਂ ਹੈ ਡੂ ਨਾਟ ਯੂਜ਼ ਫੁੱਲ ਸਟੋਪ ਬਿਫੋਰ ਬਿਕੋਜ਼ ਐਂਡ ਐਸ, ਇਸ ਤੋਂ ਪਹਿਲਾਂ ਫੁੱਲ ਸਟੋਪ ਦਾ ਯੂਜ਼ ਨਾ ਕਰੋ। ਜਿਵੇਂ ਕਿ I was not able to deliver my speech confidently as ya fir because I was quite nervous, because ya as to pehla full stop nahi aayega, theek hai, is da khaas dhyan rakho। Next hai positive development de layi tusi kede kede words da use kar sakde ho, constructive development, profitable, worthwhile, theek hai, inna words da use kar sakde ho। Je question de vich positive likha ta positive di jagah constructive, ਜੇ ਪੋਜ਼ਿਟਿਵ ਨਹੀਂ ਲਿਖਿਆ ਪ੍ਰੋਫਿਟੇਬਲ ਲਿਖਿਆ। ਕਈ ਵਾਰ ਬੱਚੇ ਇੰਨਾ ਕਿ ਨਰਵਸ ਹੋ ਜਾਂਦੇ ਵੀ ਸਾਨੂੰ ਪੋਜ਼ਿਟਿਵ ਤਾਂ ਲਿਖਿਆ ਨਹੀਂ ਸੀ, ਉੱਥੇ ਪ੍ਰੋਫਿਟੇਬਲ ਲਿਖਿਆ ਸੀ, ਉਹਦਾ ਮਤਲਬ ਵੀ ਸੇਮ ਹੀ ਹੈ। ਨੈਕਸਟ ਨੈਗੇਟਿਵ ਦੇ ਲਈ ਤੁਸੀਂ ਕੀ ਲਿਖ ਸਕਦੇ ਹੋ, ਡਿਸਟਰਕਟਿਵ, ਫਾਰਮੀਡੇਬਲ, ਠੀਕ ਹੈ। ਸੋ ਇਹ ਵਰਡਸ ਯੂਜ਼ ਕਰ ਸਕਦੇ ਹੋ ਨੈਗੇਟਿਵ ਡਿਵੈਲਪਮੈਂਟ ਦੇ ਲਈ। ਇਸੇ ਤਰ੍ਹਾਂ ਪ੍ਰੋਬਲਮ ਦੇ ਲਈ ਡਿਲੇਮਾ, ਠੀਕ ਹੈ, ਪ੍ਰੈਡੀਕਮੈਂਟ, ਓਬਸਟੈਕਲ, ਇਸ਼ੂ। ਇਸੇ ਤਰ੍ਹਾਂ ਇੱਕ ਨੈਕਸਟ ਹੈ ਡਿਫੀਕਲਟ, ਡਿਫੀਕਲਟ ਦੇ ਲਈ ਆਰਡੂਅਸ, ਆਨਰਸ, ਚੈਲੇਂਜਿੰਗ, ਹਾਰਡ ਜਾਂ ਫਿਰ ਟਫ। ਸੋ ਇਹ ਸਾਰੇ ਵਰਡਸ ਨੇ ਜੋ ਇਸ ਦੀ ਜਗ੍ਹਾ ਤੇ ਯੂਜ਼ ਹੋ ਸਕਦੇ ਨੇ। ਸੋ ਟਰਾਈ ਕਰਿਆ ਕਰੋ ਆਪਣੀ ਰਾਈਟਿੰਗ ਦੇ ਵਿੱਚ, ਠੀਕ ਹੈ, ਕਿ ਇਦਾਂ ਦੀਆਂ ਗਲਤੀਆਂ ਨਾ ਹੋਣ ਤੇ ਇਹ ਵਰਡਸ ਦਾ ਤੁਸੀਂ ਯੂਜ਼ ਕਰੋ, ਜਿਹਦੇ ਨਾਲ ਤੁਹਾਡੀ ਰਾਈਟਿੰਗ ਹੈ ਹੋਰ ਇੰਪ੍ਰੈਸਿਵ ਬਣੂਗੀ ਤੇ ਤੁਹਾਡਾ ਸਕੋਰ ਕਦੇ ਵੀ ਘਟੇਗਾ ਨਹੀਂ ਰਾਈਟਿੰਗ ਦੇ ਵਿੱਚੋਂ। ਅਗਰ ਤੁਸੀਂ ਇਦਾਂ ਦੇ ਵਰਡਸ ਜਾਂ ਇਦਾਂ ਸਟਾਰਟਿੰਗ ਕਰਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਸਕੋਰ ਆਏਗਾ। ਓਕੇ ਸਟੂਡੈਂਟਸ, ਸੋ ਅੱਜ ਦੀ ਕਲਾਸ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਨਾਲ, ਬਾਏ ਬਾਏ, ਟੇਕ ਕੇਅਰ।